ਦੇਸ਼ ਵਿਦੇਸ਼ ਵਿੱਚ ਵਸਦੇ ਜੀ ਪੰਜਾਬੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ, ਜਿਸ ਦਾ ਨਾਂ ਹੈ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ। ਸਿਆਸਤ ਦੇ ਵਿੱਚ ਸਭ ਤੋਂ ਵੱਡੀ ਜੰਗ ਹੁੰਦੀ ਹੈ ਕੁਰਸੀ ਦੇ ਲਈ। ਇਸ ਕੁਰਸੀ ਨੂੰ ਹਾਸਲ ਕਰਨ ਦੇ ਲਈ ਲੋਕ ਸਿਰ ਧੜ ਦੀ ਬਾਜ਼ੀ ਲਾ ਦਿੰਦੇ ਨੇ। ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ, ਉਸਨੂੰ ਸਿਰ ਧੜ ਦੀ ਬਾਜ਼ੀ ਨਹੀਂ ਲਾਉਣੀ ਪਈ। ਪਹਿਲੀ ਵਾਰ ਚੋਣ ਲੜਿਆ, ਪਹਿਲੀ ਵਾਰ ਹੀ ਕੋਟਕਪੂਰਾ ਦੇ ਲੋਕਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ। ਦਰਸ਼ਕੋ, ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਕੋਟਕਪੂਰਾ ਤੋਂ ਵਿਧਾਇਕ ਰਿਪਜੀਤ ਸਿੰਘ ਬਰਾੜ ਦੇ ਨਾਲ। ਸੋ ਦਰਸ਼ਕੋ, ਸਾਡੇ ਨਾਲ ਮੌਜੂਦ ਨੇ ਰਿਪਜੀਤ ਸਿੰਘ ਬਰਾੜ। ਸਿਆਸਤ ਵਿੱਚ ਇਹ ਸ਼ਖਸੀਅਤ ਆਉਣਾ ਕਿਵੇਂ ਹੋਇਆ, ਇਹ ਆਪਣੇ ਆਪ ਵਿੱਚ ਵੱਡੀ ਦਿਲਚਸਪ ਦਾਸਤਾਨ ਹੈ, ਪਰ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ। ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਵਿੱਚ। ਅੱਜ ਅਸੀਂ ਤੁਹਾਡੇ ਨਾਲ ਉਹ ਇਲਾਕਾ ਘੁੰਮਣਾ ਹੈ ਜਿਸ ਦੀ ਨੁਮਾਇੰਦਗੀ ਕਰਨ ਦਾ ਪਹਿਲੀ ਵਾਰ ਵਿੱਚ ਹੀ ਤੁਹਾਨੂੰ ਮੌਕਾ ਮਿਲਿਆ। ਕੀ ਕੁਝ ਇਸਦਾ ਖਾਸ ਪ੍ਰੋਗਰਾਮ ਰਹੇਗਾ? ਰਾਜਨੀਤੀ 'ਚ ਜੀ ਜਿਹੜਾ ਯੂਜਲ ਸਾਡੇ ਲੋਕਾਂ ਦਾ ਹੋਇਆ ਕਰਦਾ ਹੈ ਕਿ ਗਮੀ ਖੁਸ਼ੀ ਔਰ ਵੱਖ ਵੱਖ ਕਾਰਨਾਂ ਕਰਕੇ ਲੋਕਾਂ ਦੇ ਘਰ ਜਾਣਾ, ਉਹਨਾਂ ਦੀਆਂ ਤਕਲੀਫਾਂ ਨੂੰ ਸੁਣਨਾ ਔਰ ਆਪਦੀ ਜ਼ਰੂਰਤ ਤੋਂ ਜ਼ਿਆਦਾ ਹੋ ਕੇ ਇਹ ਕੋਸ਼ਿਸ਼ ਕਰਨੀ ਕਿ ਉਹਨਾਂ ਦੇ ਮਸਲੇ ਹੱਲ ਹੋਣ। ਸੋ ਅੱਜ ਕਿਹੜਾ ਕਿਹੜਾ ਇਲਾਕਾ ਤੁਸੀਂ ਸਾਨੂੰ ਵਿਖਾਓਗੇ? ਕੋਟਕਪੂਰਾ ਸ਼ਹਿਰ ਦਾ ਜੀ, ਔਰ ਕੁਝ ਦਿਹਾਤੀ ਖੇਤਰ ਕੋਟਕਪੂਰੇ ਦੇ ਜਿਹੜੇ ਬੜੇ ਸੈਂਸਿਟਿਵ ਨੇ। ਬਾਬਾ ਫਰੀਦ ਦੀ ਧਰਤੀ ਹੈ ਔਰ ਉਹਨਾਂ ਨਗਰਾਂ 'ਚ ਜਿੱਥੇ ਪਿਛਲੇ ਸਮੇਂ 'ਚ ਕੁਛ ਬਾਰਿਸ਼ ਨੇ ਫਸਲਾਂ ਦੀ ਤਬਾਹੀ ਕੀਤੀ ਹੈ, ਉਹਨਾਂ ਨਾਲ ਆਪਦਾ ਦੁੱਖ ਸਾਂਝਾ ਕਰਨ ਲਈ, ਉਹਨਾਂ ਦੀ ਇਸ ਤਕਲੀਫ ਵਿੱਚ ਆਪਦਾ ਕੋਈ ਹੱਥ ਵੰਡਾਉਣ ਲਈ ਮੈਂ ਅੱਜ ਉੱਥੇ ਚੱਲਿਆ ਔਰ ਤੁਹਾਨੂੰ ਸਾਰੇ ਉਸ ਇਲਾਕੇ ਦੀ ਤੁਹਾਨੂੰ ਲੈ ਕੇ ਜਾਵਾਂਗੇ ਤਾਂ ਕਿ ਤੁਸੀਂ ਬਿਹਤਰ ਢੰਗ ਨਾਲ। ਕੋਟਕਪੂਰਾ ਵਿਧਾਨ ਸਭਾ ਹਲਕਾ 'ਚ ਅਸੀਂ ਰਿਪਜੀਤ ਸਿੰਘ ਬਰਾੜ ਦੇ ਨਾਲ ਘੁੰਮਾਂਗੇ, ਲੋਕਾਂ ਨਾਲ ਵੀ ਗੱਲਾਂ ਕਰਾਂਗੇ, ਇਲਾਕੇ ਦੇ ਮੁੱਦੇ ਵੀ ਚੱਕਾਂਗੇ, ਕਈ ਸਾਰੇ ਸਵਾਲ ਵੀ ਉਹਨਾਂ ਤੋਂ ਪੁੱਛਾਂਗੇ, ਕਈ ਸਾਰੇ ਜਵਾਬ ਵੀ ਮੰਗਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ। ਰਿਪਜੀਤ ਬਰਾੜ ਨੇ ਆਪਣੀ ਫੇਰੀ ਦੀ ਸ਼ੁਰੂਆਤ ਘਰ ਆਏ ਵਰਕਰਾਂ ਦੇ ਨਾਲ ਗੱਲਬਾਤ ਕਰਨ ਦੇ ਨਾਲ ਕੀਤੀ। ਉਹਨਾਂ ਦਾ ਹਾਲ ਚਾਲ ਪੁੱਛਿਆ ਅਤੇ ਫਿਰ ਕਾਫਲੇ ਦੀ ਸ਼ਕਲ ਵਿੱਚ ਰਵਾਨਾ ਹੋਏ ਆਪਣੇ ਸਫ਼ਰ ਦੇ ਪਹਿਲੇ ਪੜਾਅ ਵੱਲ। ਇਹ ਸੀ ਕੋਟਕਪੂਰਾ ਸ਼ਹਿਰ ਵਿੱਚ ਲੱਕੜਾਂ ਦੀ ਢਾਲ। ਇੱਥੇ ਪਾਰਟੀ ਦੇ ਕਈ ਸੀਨੀਅਰ ਵਰਕਰ ਅਤੇ ਆਮ ਲੋਕ ਇਕੱਠੇ ਹੋਏ ਸਨ। ਇਹਨਾਂ ਲੋਕਾਂ ਦੇ ਨਾਲ ਸੰਖੇਪ ਵਿੱਚ ਗੱਲ ਹੋਈ ਅਤੇ ਜਿਹੜਾ ਮੁੱਦਾ ਸਾਹਮਣੇ ਆਇਆ ਉਹ ਜੇ ਆਪਣੇ ਹਿਮਾਇਤੀਆਂ ਕੋਲ ਪੁੱਜੇ, ਗੱਲਾਂ ਕੀਤੀਆਂ ਅਤੇ ਮੁਸ਼ਕਿਲਾਂ ਸੁਣੀਆਂ, ਜਿਸ ਦਾ ਹੱਲ ਵੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਫੋਨ ਦੇ ਰਾਹੀਂ। ਹੋਰ ਮਾਣਾ ਸਾਹਿਬ, ਕੀ ਪ੍ਰੋਬਲਮ ਹੈ? ਪਹਿਲਾਂ ਮੈਂ ਬੇਨਤੀ ਕੀਤੀ ਸੀ, ਇੱਕ ਦਿਨ ਛੱਡਤਾ ਸੀ ਰਾਜੂ ਵਾਲ। ਨਹੀਂ ਨਹੀਂ, ਇਹ ਨਹੀਂ ਜੀ, ਸਾਡੇ ਵਾਲਾ ਤਾਂ ਗੋਲੇ ਵਾਲੇ ਤੋਂ ਹੈ ਜੀ, ਅਮਨਦੀਪ ਸਿੰਘ। ਇਹਦੇ ਤੇ ਕਰ ਦਿਓ ਕਾਲ, ਮਤਲਬ ਨਿਰਦੋਸ਼ ਹੈ ਮੁੰਡਾ ਤੁਹਾਡੇ, ਜੇ ਨਿਰਦੋਸ਼ ਹੈ ਤਾਂ ਹੁਣੇ ਛਡਾ ਲੈਂਦੇ ਆ। ਰਿਪਜੀਤ ਬਰਾੜ ਬਾਜ਼ਾਰ ਵਿੱਚ ਆਏ ਤਾਂ ਸੜਕਾਂ ਤੇ ਜਾਮ ਲੱਗਿਆ। ਹਾਲਾਂਕਿ ਇਸ ਜਾਮ ਦੀ ਵਜ੍ਹਾ ਸੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ, ਹੋਰ ਵੀ ਕਈ ਅਜਿਹੀਆਂ ਦਿੱਕਤਾਂ ਲੋਕਾਂ ਨੂੰ ਦਰਪੇਸ਼ ਆਉਂਦੀਆਂ ਹੋਣਗੀਆਂ। ਤਾਂ ਫਿਰ ਸਰਕਾਰ ਨੇ ਇੱਥੇ ਕੀ ਕੀਤਾ, ਇਹੀ ਜਾਣਨ ਦੇ ਲਈ ਅਸੀਂ ਰੁੱਖ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ, ਜਿਨ੍ਹਾਂ ਨਾਲ ਸਾਡੀ ਗੱਲ ਹੋਈ ਪਿੰਡ ਵਾਂਦਰ ਜਟਾਣਾ ਵਿੱਚ। ਸੁਖਬੀਰ ਸਿੰਘ ਬਾਦਲ ਜੀ ਸਾਡੇ ਜਦੋਂ ਮੈਂਬਰ ਪਾਰਲੀਮੈਂਟ ਸਨ, ਉਹਨਾਂ ਦੇ ਯਤਨਾਂ ਸਦਕਾ ਇੱਕ ਤਾਂ ਅਸੀਂ ਕੰਪਿਊਟਰ ਦਾ ਜਿਹੜਾ ਰੀਜਨਲ ਸੈਂਟਰ ਹੈ ਉਹ ਜੈਤੋ ਵਿਖੇ ਖੋਲ੍ਹਿਆ ਸੀਗਾ। 2 ਨੰਬਰ ਦੇ ਉੱਤੇ ਅਸੀਂ ਉੱਥੇ ਇੱਕ ਡਿਗਰੀ ਕਾਲਜ ਬਣਾਇਆ ਜੈਤੋ। 3 ਨੰਬਰ ਦੇ ਉੱਤੇ ਅਸੀਂ ਇੱਕ ਚੈਨੇ ਗ੍ਰਿੱਡ ਬਣਾਇਆ, ਇੱਕ ਸਰਾਵਾਂ ਪਿੰਡ ਗ੍ਰਿੱਡ ਬਣਾਇਆ ਬਿਜਲੀ ਦਾ 66 KV ਦਾ, ਔਰ ਇਸ ਤੋਂ ਇਲਾਵਾ ਕਾਫੀ ਲਿੰਕ ਰੋਡਸ ਜਿਨ੍ਹਾਂ ਦੀ ਗਿਣਤੀ ਮੈਂ ਕਹਿ ਸਕਦਾ 60-70 ਕਿਲੋਮੀਟਰ ਤੋਂ ਵੱਧ ਲਿੰਕ ਰੋਡਸ ਉਸ ਹਲਕੇ ਦੇ ਵਿੱਚ ਅਸੀਂ ਬਣਾਈਆਂ, ਅਤੇ 3-4 ਇਹੋ ਜਿਹੀਆਂ ਸੜਕਾਂ ਸਨ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ MP ਸਾਹਿਬ ਵੱਲੋਂ ਰਿਕਮੈਂਡ ਹੋ ਕੇ ਗਈਆਂ ਸਨ। ਸੁਖਬੀਰ ਸਿੰਘ ਬਾਦਲ ਜੀ ਸਾਡੇ ਉਸ ਵਕਤ MP ਸਨ, ਔਰ ਹੁਣ ਅਸੀਂ ਇੱਥੇ ਤਕਰੀਬਨ 29 ਕਰੋੜ ਰੁਪਈਆ ਤਾਂ ਨਵੀਆਂ ਕੱਸੀਆਂ ਬਣਾਉਣ ਵਾਸਤੇ, ਔਰ ਜਿਹੜੀਆਂ ਪੁਰਾਣੀਆਂ ਟੁੱਟੀਆਂ ਹੋਈਆਂ ਕੱਸੀਆਂ ਸਨ, ਜਿਹੜਾ ਇਰੀਗੇਸ਼ਨ ਵਾਟਰ ਵਾਲੀਆਂ ਜਿਹੜੀਆਂ ਹੈਗੀਆਂ। ਪਰ ਮੰਤਾਰ ਬਰਾੜ ਵੱਲੋਂ ਕੀਤੇ ਜਾ ਰਹੇ ਤਰੱਕੀ ਦੇ ਦਾਅਵੇ ਤਾਂ ਪਿੰਡਾਂ ਦੇ ਲਈ ਵਾਜਿਬ ਨੇ, ਸ਼ਹਿਰ ਦੇ ਹਾਲਾਤ ਕੀ ਨੇ ਇਹ ਵੀ ਵੇਖੋ। ਇਹ ਕੋਟਕਪੂਰਾ ਦਾ ਰੇਲਵੇ ਸਟੇਸ਼ਨ, ਜਿਹੜਾ ਦੂਰੋਂ ਦੇਖਣ ਨੂੰ ਹੀ
ਬੇਤਰਤੀਬ ਵਿਵਸਥਾ ਦਾ ਸ਼ਿਕਾਰ ਲੱਗਦਾ ਹੈ। ਕੋਲ ਜਾਣ ਦਾ ਜੋਖਿਮ ਅਸੀਂ ਨਹੀਂ ਲਿਆ। ਤੇ ਹੁਣ ਇਹ ਵੇਖੋ, ਆਮ ਲੋਕ ਇਸ ਨੂੰ ਭਾਵੇਂ ਹੀ ਕੂੜੇ ਦਾ ਢੇਰ ਕਹਿਣ, ਪਰ ਕੀ ਤੁਸੀਂ ਉਹਨਾਂ ਲੋਕਾਂ ਬਾਰੇ ਸੋਚ ਸਕਦੇ ਹੋ ਜਿਹੜੇ ਇਸ ਗੰਦਗੀ ਤੋਂ ਆਜਿਜ਼ ਵੀ ਨੇ ਅਤੇ ਇੱਥੇ ਰਹਿਣ ਨੂੰ ਮਜਬੂਰ ਵੀ? ਸਾਡੇ ਤਾਂ ਹਟਦੇ ਹੀ ਨਹੀਂ ਗੇ, ਪਰੇਸ਼ਾਨੀ ਜ਼ਿਆਦਾ ਹੈ। ਕੂੜਾ ਜਿਹੜਾ ਉੱਡ ਕੇ ਅੰਦਰ ਨੂੰ ਜਾਂਦਾ, ਸਾਡੇ ਸਭ ਗੰਦਗੀ ਬਹੁਤ ਹੀ ਵੱਧ ਹੁੰਦੀ ਹੈ। ਕੁੱਤੇ ਮਰੇ ਕੀ, ਹਰ ਇੱਕ ਚੀਜ਼ ਮਰੇ, ਇੱਥੇ ਸੁੱਟ ਕੇ ਜਾਂਦੇ। ਸ਼ਹਿਰ ਦੇ ਹੋਰਨਾਂ ਹਿੱਸਿਆਂ ਦੇ ਵੀ ਇਹੀ ਹਾਲ ਨੇ। ਇੱਥੇ ਤੱਕ ਕਿ ਪੌਸ਼ ਇਲਾਕਾ ਮੰਨੇ ਜਾਂਦੇ ਹੀਰਾਨਗਰ ਕਲੋਨੀ ਦੇ ਵੀ, ਅੱਜ ਤਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ, ਕਿਸੇ ਵੀ ਸਰਕਾਰ ਨੇ ਇੱਥੇ ਸੜਕਾਂ ਵੱਲ ਧਿਆਨ ਨਹੀਂ ਦਿੱਤਾ ਹੈਗਾ। ਤੁਸੀਂ ਵੇਖ ਸਕਦੇ ਹੋ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ। ਇਹਨਾਂ ਨੂੰ ਚਾਹੀਦਾ ਸੜਕਾਂ ਦੀ ਇਹ ਸੜਕਾਂ ਬਣਾਉਣ। ਇੱਥੇ ਪਾਣੀ ਦੀ ਨਿਕਾਸੀ ਨਹੀਂ ਹੈ, ਸੀਵਰੇਜ ਸਿਸਟਮ ਪ੍ਰੋਪਰ ਨਹੀਂ ਹੈ, ਪੀਣ ਵਾਲੇ ਪਾਣੀ ਦੀ ਵਾਟਰ ਸਪਲਾਈ ਜਿਹੜੀ ਹੈ ਬਹੁਤ ਘੱਟ ਹੈਗੀ ਹੈ। ਦਿਨ 'ਚ 2 ਘੰਟੇ ਮੁਸ਼ਕਿਲ ਨਾਲ ਪਾਣੀ ਆਉਂਦਾ, ਲੋਕਾਂ ਨੂੰ ਪਾਣੀ ਪੂਰਾ ਨਹੀਂ ਮਿਲਦਾ। ਬਿਜਲੀ ਹੈਗੀ ਹੈ ਲੇਕਿਨ ਇੱਥੇ ਸਟਰੀਟ ਲਾਈਟਸ ਨਹੀਂ ਹੈ, ਲੋਕਾਂ ਨੂੰ ਰਾਤ ਵੇਲੇ ਲੋਕਾਂ ਨੂੰ ਟੱਪਣ 'ਚ ਆਉਣ ਜਾਣ 'ਚ ਬਹੁਤ ਦਿੱਕਤ ਮਹਿਸੂਸ ਹੁੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣ ਅਤੇ ਇਹ ਜਿਹੜੇ ਡਿਵੈਲਪਮੈਂਟ ਪ੍ਰੋਸੀਜਰਸ ਹੈ ਇਹਨਾਂ ਨੂੰ ਅੱਗੇ ਵਧਾਉਣ। ਜਿਹੜੀ ਗ੍ਰਾਂਟਸ ਕਮੇਟੀ ਨੂੰ ਮਿਲਦੀਆਂ ਹੈ ਉਹਨਾਂ ਦਾ ਸਹੀ ਉਪਯੋਗ ਹੋਵੇ। ਸਰਕਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਫਿਰ ਇਲਾਕੇ ਦੀ ਤਰੱਕੀ ਕਿੱਥੇ ਹੋਈ? ਕੀ ਸਿੱਖਿਆ, ਸਿਹਤ ਜਾਂ ਹੋਰਨਾਂ ਖੇਤਰਾਂ ਵਿੱਚ? ਸਰਕਾਰ ਨੇ ਵੈਸੇ ਤਾਂ ਬਹੁਤ ਕੀਤਾ, ਮੈਡੀਕਲ ਕਾਲਜ ਏਡਾ ਵੱਡਾ ਪ੍ਰੋਜੈਕਟ ਲਗਾਇਆ ਹੋਇਆ ਹੈ, ਪਰ ਲੋਕਾਂ ਨੇ ਜਿਹੜੇ ਇਹ ਪ੍ਰੋਜੈਕਟ ਲੱਗਿਆ, ਇੱਥੇ ਡਾਕਟਰਾਂ ਦੀ ਘਾਟ ਹੈ, ਲੋਕਾਂ ਨੂੰ ਹਾਲੇ ਇੰਨੀ ਅਵੇਅਰ ਹੀ ਨਹੀਂ ਹੈ ਇੱਥੇ ਕਿ ਵੀ ਸਾਡੇ ਏਡੇ ਵੱਡਾ ਪ੍ਰੋਜੈਕਟ ਲੱਗਿਆ। ਕੋਈ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਤਾਂ ਜ਼ਿਆਦਾ ਲੁਧਿਆਣੇ ਚਲੇ ਜਾਂਦੇ ਆ ਜਾਂ ਜਲੰਧਰ ਚਲੇ ਗਏ, ਚੰਡੀਗੜ੍ਹ ਚਲੇ ਗਏ। ਵੀ ਜੇ ਇੱਥੇ ਪ੍ਰੋਪਰ ਵੇ ਨਾਲ ਇੱਥੇ ਡਾਕਟਰ ਦੀ ਡਿਪਲਾਈਮੈਂਟ ਹੋਵੇ, ਪ੍ਰੋਪਰ ਇੰਸਟਰੂਮੈਂਟੇਸ਼ਨ ਹੋਣ ਤਾਂ ਵਧੀਆ ਸੇਵਾਵਾਂ ਜਿਹੜੀਆਂ ਇੱਥੇ ਸਰਕਾਰ ਦੇ ਸਕਦੀ। ਇਸ ਪੂਰੀ ਫੇਰੀ ਦੌਰਾਨ ਅਸੀਂ ਰਿਪਜੀਤ ਬਰਾੜ ਦਾ ਸਿਆਸੀ ਪੱਖ ਹੀ ਨਹੀਂ ਸਗੋਂ ਸਮਾਜਿਕ ਸ਼ਖਸੀਅਤ ਵੀ ਵੇਖੀ। ਦੁੱਖ ਕਿਸੇ ਨੂੰ ਵੀ ਹੋਵੇ, ਕਿਸੇ ਥਾਂ ਵੀ ਹੋਵੇ, ਉਸ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਰਿਪਜੀਤ। ਫਿਰ ਭਾਵੇਂ ਪਿੰਡ ਬੀੜ ਚਹਿਲ ਦਾ ਮਰਗ ਭੋਗ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਪਾਠ ਦੇ ਕੋਲ ਤੁਸਾਂ ਸਰਵਨ ਕੀਤੇ, ਕੀਰਤਨੀ ਜਥੇ ਨੇ, ਭਜਨ ਸਿੰਘ ਜੀ ਦੇ ਨਵੇਂ ਗੁਰਾਂ ਦੀ ਬਾਣੀ ਚੋਂ ਨਿਰਵਾਣ ਕੀਰਤਨ ਵੈਰਾਗਮਈ ਕੀਰਤਨ ਰਾਹੀਂ ਜ਼ਿੰਦਗੀ ਦਾ ਸੱਚ, ਜ਼ਿੰਦਗੀ ਔਰ ਮੌਤ ਦੇ ਫਲਸਫੇ ਬਾਰੇ ਆਪਣੀ ਜਾਣਕਾਰੀ ਦਿੱਤੀ। ਫਿਰ ਭਾਵੇਂ ਪਿੰਡ ਬੀੜ ਚਹਿਲ ਦਾ ਮਰਗ ਭੋਗ ਹੋਵੇ, ਜਾਂ ਪਿੰਡ ਸਹਿਸੜੀ ਦੇ ਵਰਕਰ ਦਾ ਦੁੱਖ ਹੋਵੇ, ਜਾਂ ਫਿਰ ਪਿੰਡ ਭਾਣਾ ਦੇ ਲੋਕਾਂ ਦਾ ਗਮ, ਹਰ ਕਿਸੇ ਦੇ ਗਮ, ਹਰ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਨਜ਼ਰ ਆਏ ਰਿਪਜੀਤ। ਇਹੀ ਨਹੀਂ, ਸ਼ਹਿਰ ਵਿੱਚ ਬਣੀ ਗੋਸ਼ਾਲਾ ਵਿੱਚ ਗਾਵਾਂ ਦੇ ਕੀ ਹਾਲ ਨੇ, ਇਹ ਜਾਣਨ ਦੀ ਕੋਸ਼ਿਸ਼ ਵੀ ਪ੍ਰਧਾਨ ਜੀ ਸਮੇਂ ਸਿਰ ਕਰਦੇ ਹੀ ਰਹਿੰਦੇ ਨੇ। ਪਰ ਕੀ ਇਹ ਸੇਵਾ ਸਿਰਫ ਵੇਖਣ ਲਈ ਹੈ, ਜਾਂ ਗਾਵਾਂ ਨੂੰ ਘਾਹ ਪਾਉਣਾ ਵੀ ਉਹਨਾਂ ਨੂੰ ਆਉਂਦਾ ਹੈ? ਇਹ ਅਸੀਂ ਪਰਖਿਆ, ਜਿਸ ਵਿੱਚ ਪ੍ਰਧਾਨ ਜੀ ਕਾਮਯਾਬ ਰਹੇ। ਬਹਿਰਾਲ ਗਊਸ਼ਾਲਾ ਦੇ ਪ੍ਰਧਾਨ ਨਾਲ ਅਸੀਂ ਗੱਲਬਾਤ ਕੀਤੀ। ਐਕਚੁਅਲੀ ਇਹ ਜੀ, ਅਸੀਂ ਜਦੋਂ ਬਾਹਰ ਜਾਂਦੇ ਸੀ ਗੱਡੀ ਲੈ ਕੇ ਜਾਂ ਟਰੈਫਿਕ ਕਰਦੇ ਸੀਗੇ, ਜੋ ਰਾਹ ਦੇਖਦੇ ਵੀ ਐਕਸੀਡੈਂਟ ਇੰਨੇ ਗਊਆਂ ਦੀਆਂ ਟੱਠੇ ਸਟੇ ਐਨੀਮਲ ਬਹੁਤ ਜ਼ਿਆਦਾ ਹੈ। ਸੈਕਿੰਡਲੀ ਕੀ ਹੈ ਵੀ ਬੱਚੇ, ਅਸੀਂ ਗਊਸ਼ਾਲਾ ਪੱਠੇ ਪਾਉਂਦੇ ਸੀਗੇ, ਅਸੀਂ ਵੇਖਿਆ ਵੀ ਗਊਆਂ ਦੀ ਜਿਹੜੀ ਦੁਰਦਸ਼ਾ ਹੈ ਬਹੁਤ ਮਾੜੀ ਹੋ ਗਈ, ਬਹੁਤ ਕਮਜ਼ੋਰ ਸੀ, ਮਹੀਨੇ ਦੇ 10-15 ਦੀ ਕੈਜੂਅਲਿਟੀ ਹੋ ਜਾਂਦੀ ਸੀਗੀ। ਫਿਰ ਅਸੀਂ ਇੱਕ ਸੰਸਥਾ ਸੀ ਆਪਦੀ, ਇੱਕ ਮੰਡਲ ਬਣਾਇਆ ਜਿਹੜਾ ਕਿ ਪਹਿਲਾਂ ਅਸੀਂ ਯਾਤਰਾ ਲਿਜਾਂਦੇ ਸੀ ਵਰਿੰਦਾਵਨ, ਅਸੀਂ ਉਹ ਮੰਡਲ ਬਣਾਉਣ ਤੋਂ ਬਾਅਦ ਅਸੀਂ ਗਊਸ਼ਾਲਾ 'ਚ ਉਹਨਾਂ ਨੂੰ ਪ੍ਰੇਰਿਤ ਕੀਤਾ, ਅਸੀਂ 2 ਸਾਲ ਤੋਂ ਗਊਸ਼ਾਲਾ ਦੀ ਸੇਵਾ ਸੰਭਾਲੀ ਹੈ। ਗਾਵਾਂ ਦੀ ਸੇਵਾ ਦੇ ਨਾਲ ਨਾਲ ਸੰਤਾਂ ਦੇ ਸਾਹਮਣੇ ਸੀਸ ਝੁਕਾਉਣਾ ਵੀ ਰਿਪਜੀਤ ਨਹੀਂ ਭੁੱਲਦੇ। ਇਕੱਲਿਆਂ ਗਊਸ਼ਾਲਾ ਵਿੱਚ ਹੀ ਨਹੀਂ, ਆਪਣੇ ਘਰ ਵਿੱਚ ਵੀ ਰਿਪਜੀਤ ਨੇ ਗਾਵਾਂ ਰੱਖੀਆਂ ਹੋਈਆਂ ਨੇ, ਤੇ ਇਕੱਲਿਆਂ ਗਾਵਾਂ ਹੀ ਕਿਉਂ, ਬੱਤਖਾਂ ਵੀ ਉਹਨਾਂ ਪਾਲੀਆਂ ਹੋਈਆਂ ਨੇ।
ਸਿਆਸੀ ਫੇਰੀ ਦੌਰਾਨ ਕਿੰਨਾ ਕੁ ਸਮਾਂ ਉਹ ਆਪਣੇ ਪਰਿਵਾਰ ਨੂੰ ਦੇ ਪਾਉਂਦੇ ਨੇ ਤੇ ਜਾਣਨ ਲਈ ਅਸੀਂ ਗੱਲ ਕੀਤੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ। I've seen elections from 96 onwards ਤੇ ਨਾਲ ਜਾਂਦਾ ਸੀ, ਡੈਡ ਦੇ ਵੀ ਨਾਲ ਜਾਂਦਾ ਸੀ, ਤਾਇਆ ਜੀ ਦੇ ਵੀ ਨਾਲ ਜਾਂਦਾ ਸੀ। ਦੇਖਦਾ ਹਾਂ ਕਿਵੇਂ ਲੋਕਾਂ ਨੂੰ ਮਿਲਦੇ ਆ ਤੇ ਖਾਸ ਕਰਕੇ ਜਿਹੜੇ ਦੋਨੋਂ ਬਹੁਤ ਹੀ ਜ਼ਿਆਦਾ ਵਰਸਟਾਈਲ ਹੈ, ਇੱਕ ਆਮ ਕਿਸਾਨ ਤੋਂ ਲੈ ਕੇ ਡਿਸਟ੍ਰਿਕਟ ਦੇ IAS ਆਫਿਸਰ ਤਾਈਂ ਪਹਿਚਾਣ ਰੱਖਦੇ ਆ, ਤੇ ਕਿਵੇਂ ਉਹਨਾਂ ਨੂੰ ਮਿਲਣਾ ਤੇ ਸਾਰਾ ਕੁਛ ਸਿੱਖਣ ਨੂੰ ਮਿਲਿਆ ਤੇ ਬਹੁਤ ਇੰਸਪੀਰੇਸ਼ਨ ਰਹੀ ਹੈ ਜੀ। ਮਾਈ ਫਾਦਰ ਇਜ਼ ਲਾਈਕ ਅ ਰੋਲ ਮਾਡਲ ਟੂ ਮੀ ਐਂਡ ਤਾਇਆ ਜੀ ਤੋਂ ਵੀ ਮੈਂ ਹਰੇਕ ਸੈਕਿੰਡ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦਾ। ਬਹੁਤ ਵੈਲ ਰੈਡ ਹੈ ਸਾਰਾ, ਉਹਨਾਂ ਤੋਂ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ। ਅਤੇ ਮੈਂ ਦਿੱਲੀ ਯੂਨੀਵਰਸਿਟੀ ਸੇਂਟ ਸਟੀਫਨਸ ਕਾਲਜ ਪੜ੍ਹਦਾ ਅਤੇ ਛੁੱਟੀਆਂ 'ਚ ਕੋਸ਼ਿਸ਼ ਕਰਦਾ ਕਿ ਇੱਥੇ ਆਵਾਂ ਅਤੇ ਘੱਟ ਤੋਂ ਘੱਟ ਕੋਰ ਮੈਂਬਰਸ ਹੈ ਜਿਹੜੇ ਸਪੋਰਟਰਸ ਹੈ ਉਹਨਾਂ ਨਾਲ ਇੰਟਰੈਕਸ਼ਨ ਕਰਨ ਦੀ ਕੋਸ਼ਿਸ਼ ਕਰਾਂ ਅਤੇ ਇਫ ਆਈ ਕੈਨ ਗਿਵ ਬੈਕ ਇਨ ਸਮ ਵੇ ਮੈਂ ਕੋਸ਼ਿਸ਼ ਕਰਦਾ। ਹਾਂਜੀ, ਆਈ ਹੈਵ ਅ ਐਲਡਰ ਸਿਬਲਿੰਗ ਐਜ਼ ਵੈਲ, ਉਹ ਵੀ ਇੱਥੇ ਆਉਂਦੇ ਨੇ, ਸਾਰਾ ਦੇਖਦੇ ਆ। ਮੈਂ ਸ਼ੁਰੂ ਤੋਂ ਹੀ ਆਪਣੇ ਫਾਦਰ ਨਾਲ ਬਹੁਤ ਅਟੈਚ ਰਿਹਾ, ਸਾਰਾ ਕੁਛ ਮੈਂ ਹਰੇਕ ਤਰ੍ਹਾਂ ਨਾਲ ਇਹਨਾਂ ਨੂੰ ਡਰੈਸਅਪ ਹੋਣਾ, ਇਹਨਾਂ ਨੂੰ ਤੁਰਨਾ, ਇਹਨਾਂ ਨੂੰ ਫਿਰਨਾ ਸਿੱਖਿਆ। ਅਤੇ ਮੈਂ ਬੋਰਡਿੰਗ ਸਕੂਲ 'ਚ ਪੜ੍ਹਦਾ ਸੀ ਜੀ, ਮੇਓ ਕਾਲਜ ਅਜਮੇਰ 'ਚ, ਅਤੇ ਜਦੋਂ ਵੀ ਮੈਂ ਛੁੱਟੀਆਂ ਆਉਣਾ ਮੈਂ ਚੰਡੀਗੜ੍ਹ ਦਿੱਲੀ ਛੱਡ ਕੇ ਸਿਰਫ ਮੁਕਤਸਰ ਆਉਣ ਦੀ ਕੋਸ਼ਿਸ਼ ਕਰਦਾ ਸੀ ਅਤੇ ਇਹਨਾਂ ਨਾਲ ਇਹਨਾਂ ਦੀ ਗੱਡੀ ਦੇ ਪਿੱਛੇ ਬਹਿ ਕੇ ਅਤੇ ਆਪਦੇ ਸਪੋਰਟਰਸ ਨਾਲ ਗੱਲਾਂ ਕਰਨੀਆਂ, ਉਹਨਾਂ ਦੀਆਂ ਘਰ ਦੀਆਂ ਗੱਲਾਂ ਸੁਣਨੀਆਂ, ਪਿੰਡਾਂ 'ਚ ਜਾ ਕੇ ਉਹਨਾਂ ਦੇ ਘਰ ਬਹਿ ਕੇ ਖਾਣਾ। ਅਤੇ ਬਹੁਤ ਛੋਟੀ ਉਮਰ ਤੋਂ ਹੀ ਮੁਕਤਸਰ ਅਤੇ ਪਿੰਡਾਂ 'ਚ ਘੁੰਮਣਾ ਸ਼ੁਰੂ ਕਰਤਾ ਸੀ ਜੀ, ਅਤੇ ਕਾਫੀ ਕੁਛ ਸਿੱਖਣ ਨੂੰ ਮਿਲਿਆ। ਹੀ ਇਜ਼ ਵੈਰੀ ਫੌਂਡ ਆਫ ਗੁੱਡ ਫੂਡ, ਸੋ ਇਹ ਇੱਕ ਤਰ੍ਹਾਂ ਦਾ ਸਾਡੇ ਘਰ 'ਚ ਇਸ਼ੂ ਬਣ ਜਾਂਦਾ ਜੀ ਵੀ ਖਾਣੇ ਲਈ ਕੀ ਬਣ ਰਿਹਾ ਹੈ ਨਾ ਜੀ। ਲਾਈਕ ਜਿਵੇਂ ਇਹਨਾਂ ਦਾ ਹਮੇਸ਼ਾ ਹੀ ਖਾਣਾ ਸੈਪਰੇਟ ਬਣਦਾ। ਹੀ ਇਜ਼ ਵੈਰੀ ਫੌਂਡ ਆਫ ਨੋਨ ਵੈਜੀਟੇਰੀਅਨ ਫੂਡ ਬਟ ਵਰਾਇਟੀ। ਹਾਂਜੀ, ਸੋ ਲਾਈਕ ਸਭ ਦਾ ਖਾਣਾ ਅਲੱਗ ਹੁੰਦਾ, ਇਹਨਾਂ ਦਾ ਇੱਕ ਸਪੈਸ਼ਲ ਬਣਦਾ ਬਿਕੋਜ਼ ਆਈ ਐਮ ਬੇਸਿਕਲੀ ਵੈਜੀਟੇਰੀਅਨ ਜੀ, ਸੋ ਥੋੜ੍ਹਾ ਜਿਹਾ ਪਰਟੀਕੁਲਰ ਹੈ ਜੀ ਖਾਣਾ ਖਾਣ 'ਚ। 2007 ਵਿਕਟਰੀ ਜੀ, ਦੈਟ ਵਾਜ਼ ਅ ਵੈਰੀ ਹਿਸਟੋਰਿਕ ਮੂਮੈਂਟ ਫੋਰ ਅਸ, ਲਾਈਫ ਚੇਂਜਿੰਗ ਮੂਮੈਂਟ ਸੀ। ਸੋ ਦਰਸ਼ਕੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਇਸ ਖਾਸ ਪੇਸ਼ਕਸ਼ ਵਿੱਚ। ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਰਿਪਜੀਤ ਸਿੰਘ ਬਰਾੜ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਝ ਅਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ, ਕਿਵੇਂ ਸਿਆਸਤ ਵਿੱਚ ਆਉਣਾ ਹੋਇਆ, ਕਿਹੋ ਸਫ਼ਰ ਆ। ਬਰਾੜ ਸਾਹਿਬ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ। ਰਿਪਜੀਤ ਸਿੰਘ ਬਰਾੜ, ਇਸ ਨਾਂ ਦਾ ਮਤਲਬ ਹੁੰਦਾ ਜਿਹੜਾ ਦੁਸ਼ਮਣਾਂ 'ਤੇ ਜਿੱਤ ਹਾਸਿਲ ਕਰ ਸਕੇ। ਬਿਲਕੁਲ, ਪਹਿਲੀ ਚੋਣ ਵਿੱਚ ਜਿੱਤ ਹਾਸਿਲ ਕਰਨਾ ਕਿਵੇਂ ਸੰਭਵ ਬਣਿਆ? ਦੇਖੋ ਜੀ, ਇਹ ਹਲਕਾ ਬੜਾ ਸਾਡਾ ਪੁਰਾਣਾ ਹਲਕਾ ਸੀ। ਇੱਥੋਂ ਮੇਰੇ ਵੱਡੇ ਭਾਈ ਸਾਹਿਬ 4 ਲੋਕ ਸਭਾ ਦੀਆਂ ਚੋਣਾਂ ਲੜੇ ਸਨ। ਮੇਰੇ ਫਾਦਰ ਸਾਹਿਬ ਦੀ ਰਾਜਨੀਤੀ ਅੰਦਰ ਬੜੀ ਵੱਡੀ ਦੇਣ ਸੀ ਇਸ ਇਲਾਕੇ ਨੂੰ, ਸੋ ਉਹਨੂੰ ਦੇਖਦਿਆਂ ਹੋਇਆਂ ਲੋਕਾਂ ਨੇ ਇੱਕ ਫਤਵਾ ਦਿੱਤਾ, ਬਹੁਤ ਮਾਣ ਇੱਜ਼ਤ ਰੱਖੀ ਔਰ ਇੱਕ ਵੱਡੀ ਜਿੱਤ 2007 'ਚ ਬਖਸ਼ੀ, ਜਿਹਦਾ ਮੈਂ ਹਮੇਸ਼ਾ ਜ਼ਿੰਦਗੀ ਭਰ ਆਪਦੇ ਲੋਕਾਂ ਦਾ ਰਿਣੀ ਰਹਾਂ। 2007 ਵਿੱਚ ਬੇਸ਼ੱਕ ਇੱਕ ਜਿੱਤ ਮਿਲੀ ਪਰ ਕਈ ਸਾਰੇ ਸਵਾਲ ਜੁੜੇ ਹੋਏ ਨੇ ਇਸ ਬਰਾੜ ਪਰਿਵਾਰ ਦੇ ਨਾਲ। ਜਗਮੀਤ ਸਿੰਘ ਬਰਾੜ ਆਪਣੇ ਆਪ ਵਿੱਚ ਬਹੁਤ ਵੱਡਾ ਨਾਂ ਹੈ, ਪਰ ਜਦੋਂ ਚੋਣ ਲੜਦੇ ਨੇ ਤਾਂ ਉਹ ਜਿਸ ਸ਼ਖਸ ਤੋਂ ਹਾਰਦੇ ਨੇ, ਜਿਹੜੇ ਕੈਂਡੀਡੇਟ ਉਹਨਾਂ ਨੂੰ ਹਰਾਉਂਦੇ ਨੇ, ਬਰਾਬਰ ਦਾ ਮੁਕਾਬਲਾ ਲੋਕ ਨਹੀਂ ਸਮਝਦੇ। ਕੀ ਵਜ੍ਹਾ ਰਹੀ ਹੈ, ਕਦੇ ਐਨਾਲਾਈਜ਼ ਕਰਕੇ ਚੈੱਕ ਕੀਤਾ? ਦੇਖੋ ਜੀ, ਪੋਲੀਟੀਕਲ ਘਰਾਂ 'ਚ ਜਿੱਤਾਂ ਹਾਰਾਂ, ਇਟ ਇਜ਼ ਪਾਰਟ ਐਂਡ ਪਾਰਸਲ ਆਫ ਲਾਈਫ, ਲੇਕਿਨ ਮੈਂ ਸਮਝਦਾ ਕਿ ਜਗਮੀਤ ਸਿੰਘ ਬਰਾੜ ਦੇ ਕਰੀਅਰ ਨੂੰ ਅਗਰ ਤੁਸੀਂ ਝਾਤ ਮਾਰੋ ਤਾਂ ਤੁਸੀਂ ਦੇਖੋਗੇ ਕਿ ਬਹੁਤ ਵੱਡੀਆਂ ਲੜਾਈਆਂ ਲੜੀਆਂ, ਪੰਜਾਬ ਦੀ ਰਾਜਨੀਤੀ ਦੇ ਸਭ ਤੋਂ ਵੱਡੇ ਪਰਿਵਾਰਾਂ ਨਾਲ ਚੋਣਾਂ ਲੜੀਆਂ, ਲੇਕਿਨ ਆਹ ਜੋ ਡਿਫੀਟਸ ਹੋਈਆਂ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਦਰਮਿਆਨੇ ਕੱਦ ਦੇ ਲੀਡਰਾਂ ਤੋਂ ਹਾਰਾਂ ਹੋਈਆਂ, ਉਹਦੀ ਵਜ੍ਹਾ ਅਸੀਂ ਬਹੁਤ ਇਹਦਾ ਕੋਪ ਕੀਤਾ, ਸਿਰਫ ਅਤੇ ਸਿਰਫ ਜਿਹਨੂੰ ਜ਼ਿੰਦਗੀ ਵਿੱਚ ਮੁਕੱਦਰ ਕਹਿ ਦੇਈਦਾ, ਇੱਥੋਂ ਦੀ ਹਾਰ ਹੋਈ ਹੈ ਔਰ ਕੋਈ ਵਜ੍ਹਾ ਨਹੀਂ ਕਿ ਜਗਮੀਤ ਸਿੰਘ ਬਰਾੜ ਅੱਜ ਲੋਕ ਸਭਾ ਦੇ ਉਮੀਦਵਾਰ ਹੁੰਦੇ, ਇਹ ਸਿਰਫ ਅਤੇ ਸਿਰਫ ਉਹਨਾਂ ਦੀ ਕਿਸਮਤ ਹੈ। ਰਿਪਜੀਤ ਬਰਾੜ ਦਾ ਸਿਆਸੀ ਸਫ਼ਰ ਸ਼ੁਰੂਆਤ ਵਿੱਚ ਕੀ ਸੀ, ਇਸ ਕੁਰਸੀ ਤੱਕ ਪਹੁੰਚਣ ਦਾ ਸਫ਼ਰ ਕਿੱਦਾਂ ਰਿਹਾ, ਸੰਖੇਪ ਵਿੱਚ ਜਾਣਾ? ਦੇਖੋ ਜੀ, ਰਾਜਨੀਤਿਕ ਪਰਿਵਾਰਾਂ 'ਚ ਅੱਜ ਕੱਲ੍ਹ ਇਹ ਲੋੜ ਬਣ ਗਈ ਹੈ, ਅੱਜ ਕੱਲ੍ਹ ਇਹ ਨੈਸੈਸਿਟੀ ਹੈ ਕਿ ਪਰਿਵਾਰ ਦੇ ਦੂਜੇ ਜੀਅ ਵੀ ਤੁਹਾਡਾ ਹੱਥ ਵੰਡਾਉਣ। ਤੋ ਜਿਹੜੀ ਸ਼ੁਰੂਆਤ ਹੋਈ ਉਹ ਕੇਵਲ ਅਤੇ ਕੇਵਲ ਇੰਨੀ ਸੀ ਕਿ ਚੋਣਾਂ ਦੇ ਦੌਰਾਨ ਔਰ ਉਦੋਂ ਅੱਗੇ ਪਿੱਛੇ ਮੈਂ ਜਗਮੀਤ ਸਿੰਘ ਬਰਾੜ ਦਾ ਹਮਸਫ਼ਰ ਬਣ ਕੇ
ਉਹਨਾਂ ਦੀ ਰਾਜਨੀਤੀ ਦੀ ਜੋ ਲੜਾਈਆਂ ਸੀ ਐਡੀਆਂ ਵੱਡੀਆਂ ਉਹਦੇ 'ਚ ਆਪਦਾ ਯੋਗਦਾਨ ਪਾਇਆ। ਲੇਕਿਨ ਸਹਿਜੇ ਕਾਂਗਰਸ ਅਧਿਅਕਸ਼ਾਂ ਨੇ, ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਮੈਨੂੰ ਇਹ ਹਦਾਇਤ ਕੀਤੀ ਕਿ 2007 ਦੀ ਚੋਣ ਅਸੈਂਬਲੀ ਦੀ ਤੁਸੀਂ ਲੜਨੀ ਹੈ, ਔਰ ਮੈਂ ਉਹਨਾਂ ਦਾ ਆਭਾਰੀ ਹਾਂ ਕਿ ਉਹਨਾਂ ਨੇ ਮੈਨੂੰ ਕੋਟਕਪੂਰਿਓਂ ਟਿਕਟ ਦਿੱਤਾ ਔਰ ਮੈਂ ਪੰਜਾਬ ਦੀ ਵਿਧਾਨ ਸਭਾ ਦਾ MLA ਬਣਿਆ। ਪੰਜਾਬ ਦੀ ਵਜ਼ਾਰਤ ਦਾ ਇਤਿਹਾਸ ਰਿਹਾ ਹੈ ਕਿ ਇੱਕ ਪਾਰਟੀ ਮੁੜ ਤੋਂ ਸਰਕਾਰ ਨਹੀਂ ਬਣਾਉਂਦੀ, ਰਿਪੀਟੇਸ਼ਨ ਨਹੀਂ ਹੁੰਦੀ, ਦੁਹਰਾਵ ਨਹੀਂ ਹੁੰਦਾ। 2002 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੀ, 2007 ਵਿੱਚ ਜਦੋਂ ਟਿਕਟ ਮਿਲਿਆ ਕਿਤੇ ਨਾ ਕਿਤੇ ਖਦਸ਼ਾ ਸੀ, ਕੋਈ ਚੈਲੇਂਜ ਸੀ, ਕਿਸ ਤਰੀਕੇ ਨਾਲ ਲਿਆ ਇਸ ਚੀਜ਼ ਨੂੰ? ਦੇਖੋ ਜੀ, ਸਰਕਾਰ ਬਣਨਾ, ਪਾਰਟੀ ਦਾ ਪਾਵਰ ਚਾਹੁਣਾ, ਇਹ ਇੱਕ ਸੈਕੰਡਰੀ ਗੱਲ ਹੋਇਆ ਕਰਦੀ ਹੈ। ਇੱਕ MLA ਬਣਨਾ ਔਰ ਪਹਿਲੀ ਵਾਰ ਚੋਣ ਲੜਨਾ, ਉਦੋਂ ਟੋਟਲ ਫੋਕਸ ਤੁਹਾਡਾ ਜਿੱਤ 'ਤੇ ਹੋਇਆ ਕਰਦਾ ਹੈ ਕਿ MLA ਬਣ ਕੇ ਆਪਦੇ ਲੋਕਾਂ ਦੀ, ਆਪਦੇ ਹਲਕੇ ਦੀ ਤੁਸੀਂ ਸੇਵਾ ਕਰੋ। ਉਹ ਬਾਅਦ ਦੀ ਗੱਲ ਹੁੰਦੀ ਹੈ ਕਿ ਪਾਰਟੀ ਪਾਵਰ ਚਾਹੁੰਦੀ ਹੈ ਕਿ ਨਹੀਂ। ਹਾਂ, ਮੈਂ ਇਹ ਇਮਾਨਦਾਰੀ ਨਾਲ ਗੱਲ ਕਰਦਾ ਕਿ 2007 ਵਿੱਚ ਸਾਨੂੰ ਇਹ ਜਾਪ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੋ ਛਵੀ ਸੀ, ਜੋ ਪਿੰਡਾਂ 'ਚ, ਨਗਰਾਂ 'ਚ, ਸ਼ਹਿਰਾਂ 'ਚ ਬਹੁਤ ਵਧੇਰੇ ਉਮੀਦ ਸੀ ਕਿ ਉਹਨਾਂ ਦੀ ਲੀਡਰਸ਼ਿਪ ਥੱਲੇ ਪੰਜਾਬ 'ਚ ਕਾਂਗਰਸ ਦੀ ਵਜ਼ਾਰਤ ਬਣੀ, ਲੇਕਿਨ ਥੋੜ੍ਹੇ ਜਿਹੀ ਸੀਟਾਂ ਨਾਲ ਕਾਂਗਰਸ ਪਛੜ ਗਈ। ਮੌਜੂਦਾ ਸਰਕਾਰ ਵੀ ਗੱਲ ਕਰੀਏ ਕਿ ਚੋਣ ਜਿਹੜੀ ਹੋਏਗੀ ਤਰੱਕੀ ਦੇ ਦਾਅਵੇ ਨਾਲ ਲੜੀ ਜਾਏਗੀ, ਤਰੱਕੀ ਅਤੇ ਵਿਕਾਸ ਦੇ ਕੰਮ ਦੇ ਆਧਾਰ 'ਤੇ ਲੜੀ ਜਾਏਗੀ, ਕਿਸ ਤਰੀਕੇ ਨਾਲ ਲੈਂਦੇ ਆਉਣ ਦੀਆਂ ਚੋਣਾਂ? ਦੇਖੋ ਜੀ, ਮੈਂ ਬਹੁਤ ਨੇੜਿਓਂ ਹੋ ਕੇ ਪਿਛਲੇ 4.5 ਸਾਲ ਵੇਖੇ ਪੰਜਾਬ ਇਕੋਨਮੀ ਲੈ ਲਓ, ਪੰਜਾਬ ਦਾ ਆਰਥਿਕ ਢਾਂਚਾ ਲੈ ਲਓ, ਪੰਜਾਬ 'ਚ ਇੰਪਲੋਇਮੈਂਟ ਦਾ ਤੁਸੀਂ ਦੇਖ ਲਓ, ਹਰ ਇੱਕ ਸ਼ੋਭੇ 'ਚ, ਹਰ ਇੱਕ ਫੀਲਡ 'ਚ ਪੰਜਾਬ ਪਛੜਿਆ। ਦਿਸ ਇਜ਼ ਫੋਰ ਐਵਰੀ ਵਨ ਟੂ ਸੀ, ਕੋਈ ਇਹ ਨਹੀਂ ਕਿ ਅਸੀਂ ਉਹਨਾਂ ਦੇ ਵਿਰੋਧੀ ਹੈ, ਔਰ ਜੋ ਅੱਜ ਪਰਿਵਾਰ 'ਚ ਉਹਨਾਂ ਦੇ ਦਫਾੜ ਹੋਈ ਹੈ, ਉਹ ਮੈਂ ਸਮਝਦਾ ਹਾਂ ਕਿ ਬਹੁਤ ਨੈਗੇਟਿਵ ਵੋਟ ਔਰ ਲੋਕਾਂ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਸ ਕਿ ਉਹ ਇੱਕ ਚੰਗਾ ਰਾਜ ਪ੍ਰਬੰਧ ਨਹੀਂ ਦੇ ਸਕੇ ਸੂਬੇ ਨੂੰ, ਇੱਕ ਚੰਗਾ ਰਾਜ ਨਾ ਦੇਣ ਕਾਰਨ ਅੱਜ ਉਹ ਪਛੜ ਗਏ ਨੇ। ਔਰ ਯਕੀਨੀ ਤੌਰ 'ਤੇ ਕਾਂਗਰਸ ਪਾਰਟੀ ਬੜੇ ਵੱਡੇ ਮਾਰਜਨ ਨਾਲ ਪੰਜਾਬ ਵਿੱਚ ਸਰਕਾਰ ਬਣਾਏਗੀ। ਲੋਕ ਉਡੀਕ ਰਹੇ ਨੇ ਕਿ ਕਾਂਗਰਸ ਜਦ ਆਉਂਦੀ ਹੈ, ਕਾਂਗਰਸ ਪਾਰਟੀ ਦਾ ਰਾਜ ਆਉਂਦਾ ਤਾਂ ਪੰਜਾਬ ਹਰ ਇੱਕ ਪਹਿਲੂ ਤੋਂ ਪੰਜਾਬ ਬਹੁਤ ਅੱਗੇ ਜਾਂਦਾ, ਪਹਿਲਾਂ ਵੀ ਆਪਾਂ ਦੇਖਿਆ। ਔਰ ਅੱਜ ਪੰਜਾਬ ਅੰਦਰ ਜੋ 125,000 ਕਰੋੜ ਦਾ ਕਰਜ਼ਾ ਹੈ, ਉਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਲੋਕ ਉਹਨੂੰ ਲੈ ਨਹੀਂ ਰਹੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਜੋ ਆਪਣੇ ਆਉਣ ਵਾਲੇ ਬੱਚੇ ਹੈ, ਉਹ ਉਹਨਾਂ ਨੂੰ ਬੜਾ ਵੱਡਾ ਖਮਿਆਜ਼ਾ ਇਹਦਾ ਭੁਗਤਣਾ ਪਏਗਾ, ਔਰ ਉਹਦੇ ਪ੍ਰਤੀ ਸੰਜੀਦਾ ਹੋਣ ਦੀ ਲੋੜ ਹੈ। ਸਿਰ ਜੋੜ ਕੇ ਇਹ ਮਤ ਸਮਝੋ ਕਿ ਉਹ ਕਾਂਗਰਸ ਨੇ, ਉਹ BJP ਦੇ ਨੇ, ਉਹ ਅਕਾਲੀ ਦਲ ਨੇ, ਇੱਕ ਹੋ ਕੇ, ਇੱਕ ਪੰਜਾਬੀ ਹੋ ਕੇ ਆਪਾਂ ਨੂੰ ਅੱਗੇ ਤੁਰਨਾ ਪਏ। ਸੁਬਰਾਟ ਸਾਹਿਬ, ਜਿਸ ਤਰੀਕੇ ਨਾਲ ਕਾਂਗਰਸ ਦਾ ਇੰਨਾ ਵੱਡਾ ਪਰਿਵਾਰ ਹੈ, ਬਾਦਲ ਪਰਿਵਾਰ ਵਿੱਚ ਤੁਸੀਂ 2 ਫਾੜ ਹੋਣ ਦੀ ਗੱਲ ਕੀਤੀ, ਵੱਡੇ ਪਰਿਵਾਰ ਵਿੱਚ ਕਈ ਸਾਰੇ ਵਿਚਾਰ ਵੱਖ ਵੱਖ ਹੁੰਦੇ ਨੇ, ਕਾਂਗਰਸ ਵਿੱਚ ਵੀ ਅਜਿਹਾ ਵੇਖਣ ਨੂੰ ਮਿਲਦਾ, ਜਮਹੂਰੀਅਤ ਹੈ, ਹਰ ਕਿਸੇ ਦੇ ਵਿਚਾਰ ਵੱਖ ਹੋ ਸਕਦੇ ਨੇ, ਉਸ ਪਰਿਵਾਰ ਦੀ 2 ਫਾੜ ਇਸ ਵੱਡੇ ਪਰਿਵਾਰ ਨੂੰ ਕਿੰਨੇ ਕੁ ਢਾਹ ਲਾ ਸਕਦੀ ਹੈ? ਦੇਖੋ ਜੀ, ਉਹਨਾਂ ਦਾ 2 ਫਾੜ ਹੋਣਾ ਕੇਵਲ ਅਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਘੱਟ ਹੈ, ਔਰ ਕਾਂਗਰਸ ਪਾਰਟੀ ਦਾ ਇੱਕ ਆਪਦਾ ਵੋਟ ਬੈਂਕ ਹੈ, ਕਾਂਗਰਸ ਪਾਰਟੀ ਦਾ ਆਪਦੀ ਇੱਕ ਪਰਸੈਂਟੇਜ ਆਫ ਵੋਟਸ ਨੇ, ਉਹਨਾਂ ਵਿੱਚ ਮਨਪ੍ਰੀਤ ਸਿੰਘ ਜਾਂ ਕੋਈ ਪੀਪਲਸ ਪਾਰਟੀ ਦਾ ਕਤਈ ਤੌਰ 'ਤੇ ਕੋਈ ਨੁਕਸਾਨ ਨਹੀਂ ਹੋਏਗਾ। ਲੇਕਿਨ ਹਾਂ, ਮਾਨਸਿਕ ਤੌਰ 'ਤੇ ਅੱਜ ਅਕਾਲੀ ਦਲ ਦੇ ਮੁੱਖ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਮੈਂ ਉਹਨਾਂ ਨੂੰ ਬੜਾ ਨਜ਼ਦੀਕੀ ਹੋ ਕੇ ਦੇਖਿਆ, ਬਹੁਤ ਦੇਰ ਤੋਂ ਮੈਂ ਜਾਣਦਾ, ਉਹ ਮਾਨਸਿਕ ਤੌਰ 'ਤੇ ਟੁੱਟ ਗਏ ਨੇ, ਪਰਿਵਾਰ ਦਾ ਵਿਛੋੜਾ ਸ਼ਾਇਦ ਉਹ ਰਾਜਨੀਤੀ ਵਿੱਚ ਨਜ਼ਰ ਆਏਗਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਮਨੋ ਟੁੱਟਣਾ ਉਹ ਅਸਰ ਪਾਏਗਾ 2012 ਦੀ ਚੋਣ। ਸੁਬਰਾਟ ਸਾਹਿਬ, ਇਹ ਤਾਂ ਸਿਆਸਤ ਦੀ ਗੱਲਾਂ ਚੱਲਣੀਆਂ ਨੇ, ਨਿੱਜੀ ਜ਼ਿੰਦਗੀ ਦੀ ਵੀ ਗੱਲ ਅਸੀਂ ਕੀਤੀ ਹੈ, ਨਿੱਜੀ ਪੱਧਰ 'ਤੇ ਸਿਆਸਤ ਤੋਂ ਜਦੋਂ ਸਮਾਂ ਮਿਲਦਾ, ਇੱਕ ਸਿਆਸਤਦਾਨ ਤੋਂ ਵੱਖ ਵੈਸੇ ਤਾਂ 24 ਘੰਟੇ ਖਿਆਲ ਤਾਂ ਉਹੀ ਰਹਿੰਦਾ, ਹੋਰ ਕਿਹੜੇ ਕਿਹੜੇ ਸ਼ੌਂਕ ਨੇ ਜਿਹੜੇ ਰਿਪਜੀਤ ਸਿੰਘ ਬਰਾੜ ਦੇ ਸ਼ੌਂਕ? ਮੈਨੂੰ ਜੀ ਟ੍ਰੈਡੀਸ਼ਨਲ ਗੱਲਾਂ ਤੋਂ ਹਟ ਕੇ, ਕਿ ਕੋਈ ਕਹਿੰਦੇ ਮੈਨੂੰ ਕਿਤਾਬਾਂ ਦਾ ਸ਼ੌਂਕ ਹੈ, ਕੋਈ ਖੇਡ ਦਾ ਸ਼ੌਂਕ ਹੈ, ਵੱਖ ਵੱਖ ਕਿਸਮ ਦੇ ਕਿਸੇ ਨੂੰ ਲਿਖਣ ਦਾ ਸ਼ੌਂਕ ਹੁੰਦਾ, ਆਈ ਟੂ ਹੈਵ 2-3 ਇੰਟਰਸਟ ਮੇਰੇ ਹਨ।
लेकिन मैं सब तो मेरा पसंद जिहड़ी मैनू है कि मैं आपदे बच्चियां च क्वालिटी टाइम बतीत करा। वो दोवें बोर्डिंग च ने तो वैन एवर दे आर हेयर मेरी जिंदगी दे वो बड़े अच्छे पल होया करदे ने कि वैन माई बोथ सन्स आर देयर माई वाइफ इज़ देयर ते असी एक फैमिली वांग हर एक चीज़ नू डिस्कस करिए वो मेरे बड़ी मैनू पसंद है जी चीज़। और दूजी के पब्लिक स्पीकिंग बारे वक् वक् दुनिया दे उन्हां महान नेतावां दियां जो वक् वक् समयां ते चाहे वह मार्क एंटनी दी स्पीच होवे चाहे वह हिटलर दी होवे चाहे अमरीका दे वक् वक् राष्ट्रपतियां दी होवे मैनू उहदा अध्ययन करना बड़ा अच्छा लगता है। चंगा खाण दा भी शौक हैगा? हाँ जी यस मैनू अच्छा खाण दा शौक है जी पर मैं आई एम लकी मेरे वाइफ इज ऑल्सो इंट्रस्टिड कि वो चंगा खाना बनवा लेंदे है मे बी शी डजंट मेक हर सेल्फ पता नहीं लेकिन बड़ा अच्छा लगता है जी चंगा खाना बड़ा मैनू पसंद है और विजिटिंग गुड प्लेसिस खाण दियाँ दिल्ली चंडीगढ़ ये एक बहुत मेरे दिल के करीब है जी। फेवरेट कुजीन दी जिक्र गल कीती जावे मैनू मुगलई बहुत अच्छा लगता है जी मैनू कबाब्स बड़े अच्छे लगते हैं सो कोई मैनू चाइनीज कॉन्टीनेंटल अपने हाथ नाल भी पकाया जिहड़े कहिंदे ने छड़ां दा चमचा जदों वजदा मैं ये सानू पोलिटिकल बंदियां नू जी बड़ा समा इस करके कल्ले रहन दा मैं समझदा कि साडी मजबूरी है जां सानू नसीब हुंदा है ते उदों इत्थे होईए चंडीगढ़ होईए जदों फैमिली नहीं तां आई डू ट्राई समटाइम्स थोड़ा बहुत बनाउणा चंगा वी लगदा है एंड दैन इफ समबडी एप्रीशिएट्स तां फिर उदों वी चंगा लगदा एक्सपेरिमेंट और प्रैक्टिस इट इज बोथ जी कंपल्शन कह सकते हैं। ब्रार साहब अज तुसी बहुत बेहतर समा साडे नाल बतीत अपनी जिंदगी दे पल साडे नाल सांझे किते बहुत बहुत शुक्रिया। थैंक यू सो मच।